ਹਾਨੂੰ ਸੀ ਜੁਗਤ ਅੱਛੀ ਸੀ ਦੇ ਵੀ ਜਵਾਬ ਸਿੰਧ ਨੂੰ ਪੜ੍ਹੀ ਲਿਖੀ ਤੇ ਇਮਾਨਦਾਰ ਗੌਰਮੈਂਟ ਮਿਲ ਜਾਏਗੀ ਹੋਰ ਕੋਈ ਸਾਡੇ ਆਉਣਾ ਦਰਿਆ ਸਿੰਧ 'ਚ 35-35 ਕਿਲੋ ਦੀ ਮੱਛੀ ਨਹੀਂ ਪੈਦਾ ਹੋਣ ਲੱਗ ਪੈਣੀ ਔਰ ਅਲਤਾਫ ਭਾਈ ਤੇ ਵੈਸੇ ਵੀ ਮੇਰੇ ਆਈਡੀਅਲ ਨੇ ਔਰ ਮੈਂ ਇਹਨਾਂ ਦਾ ਉਦੋਂ ਦਾ ਫੈਨ ਹਾਂ ਜਦੋਂ ਗੱਤੇ ਦੀਆਂ ਟ੍ਰੇਨਾਂ ਚੱਲਦੀਆਂ ਹੁੰਦੀਆਂ ਸੀ ਆਈ ਸਮਝ ਮੇਰਾ ਮਤਲਬ ਕਿ ਸਾਡੀਆਂ ਗੱਲਾਂ ਬਾਤਾਂ ਤੇ ਮੈਂ ਸਮਝਾਉਣਾ ਤੁਹਾਨੂੰ ਇੰਗਲਿਸ਼ ਦੇ ਵਿੱਚ ਐਕਚੁਅਲੀ ਸਾਡੀਆਂ ਦੋਵੇਂ ਪਾਰਟੀਆਂ ਇਹ ਚਾਹੁੰਦੀਆਂ ਨੇ ਇੰਗਲਿਸ਼ ਸੀਗੀ ਬੇਟਾ ਐਕਚੁਅਲੀ ਪਸ਼ਤੋ ਦਾ ਲਫ਼ਜ਼ ਆ ਮੈਂ ਬਹੁਤੀ ਇੰਗਲਿਸ਼ ਬੋਲਾਂ ਤੇ ਤੈਨੂੰ ਲੜ ਜਾਵੇ ਫੇਰ ਜੀ ਜੀ ਸ਼ੋਖਾ ਅਸੀਂ ਸੋਚਿਆ ਹੈ ਕਿ ਮਿਲ ਕੇ ਸਿੰਧ ਦੇ ਹਾਲਾਤ ਠੀਕ ਕਰੀਏ ਜੇ ਕੋਈ ਇਸ ਤੋਂ ਸੜਦਾ ਤੇ ਉਹ ਮੂਲੀ ਨੂੰ ਲੂਣ ਲਾਵੇ ਤੇ ਧੁੱਪੇ ਬਹਿ ਕੇ ਖਾਵੇ ਫਾਇਦਾ ਜਲਣ ਮੁੱਕ ਜਾਏਗੀ ਅਲਤਾਫ ਭਾਈ ਦੇ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਸਾਡੀ ਸਿੰਧ 'ਚ ਹਕੂਮਤ ਬਣ ਜਾਏਗੀ ਤੇ MQM ਵਾਪਸ ਕਰਾਚੀ ਆ ਜਾਏਗੀ ਔਰ ਪੀਪਲ ਪਾਰਟੀ ਸਿੰਧ 'ਚ ਰਹਿ ਜਾਏਗੀ ਕਰਾਚੀ ਵੀ ਸਿੰਧ 'ਚ ਹੀ ਆ ਅੱਛਾ ਮੇਰਾ ਸਵਾਲ ਇਹ ਆ ਮੇਰਾ ਛੱਡੋ ਇਹਨੂੰ ਬੜੀ ਮਰਨ ਮਿੱਟੀ ਚੜੀ ਇਹਦਾ ਸੁਣ ਲਓ ਬਾਬਾ ਜੀ ਤੁਸੀਂ ਸਵਾਲ ਕਰੋ ਤੁਹਾਡੇ ਤਾਂ ਗੋਡੇ ਵੀ 2 ਦਿਨ ਦੇ ਮਹਿਮਾਨ ਰਹਿ ਗਏ